ਇਹ 2-3 ਦਿਨ ਪਹਿਲਾਂ ਸਾਡੇ ਕੋਲ ਆਈ ਹੈ ਤੇ ਸਰਸੇ 2 ਦਿਨ ਲਾ ਕੇ ਹਨ ਅੱਜ ਹੀ ਸਰਸੇ ਤੋਂ ਆਏ ਅੱਛਾ ਸਰਸੇ ਤੋਂ ਤੁਹਾਡੇ ਕੋਲ ਅੱਜ ਪਹੁੰਚੇ ਨੇ ਅੱਛਾ ਇਹ ਰੋਲਾ ਨਿਬੇੜਨ ਵਾਸਤੇ ਆਏ ਰੋਣਾ ਹੀ ਰੋਲਾ ਵੈਸੇ ਹੀ ਮਿਲਣ ਆਈ ਹੈ ਘਰੇ ਕੋ ਰੋਲਾ ਪੈ ਗਿਆ ਤੇ ਬਸ ਕੀ ਕੰਮ ਕਰਦੀ ਸੀ ਕੁੜੀ ਤੇ ਉੱਥੇ ਪ੍ਰਾਈਵੇਟ ਟੀਚਰ ਲੱਗੀ ਸੀ ਕੀ ਨਾਂ ਕੀ ਹੈ ਕੁੜੀ ਦਾ ਕਿੰਨੀ ਉਮਰ ਸੀ ਪ੍ਰਵੀਨ ਕੌਰ ਕਿੰਨੀ ਲਗਭਗ ਹੋਊਗੀ 32 ਸਾਲ ਮੇਰੇ ਕੋਲ ਇਹ ਕਿੱਥੇ ਚੰਡੀਗੜ੍ਹ ਰਹਿੰਦੀ ਸੀ ਕਿੰਨੀ 35 ਚੰਡੀਗੜ੍ਹ ਰਹਿੰਦੀ ਸੀ ਹਾਂ ਚੰਡੀਗੜ੍ਹ ਰਹਿੰਦੀ मामला तुम निके बच्चों को समझ लिया देखे बड़ा दुख है बच्चे कह रहे भी साडा मामा सिक मामे दोनों भरावान का जमींदार रवा सी थां का वट का टोके गडन का किला कुला उस तो वे भरा ने छोटे कह रहा है कि तू इतने ना ला उन्हें कहीं कहा भी सांझी जगह जा वो कहता भी तू सांझी जगह क्यों ला रहा इस गल मुख रख के जोड़ा दोषी है वह बहर पटाई करता खेतों की बहरों खेतों चाया ਇਹਦੇ ਪਿਓ ਦੇ ਮੁਤਾਬਕ ਉਹਨੇ ਤਾਂ ਕੰਧ ਢਾਈ ਹੈ ਕੰਧ ਢਾਉਣ ਤੋਂ ਬਾਅਦ ਚ ਮੁੜ ਕੇ ਕਹਿੰਦਾ ਕਿ ਲਿਆਓ ਕੱਢੋ ਬਾਹਰ ਸ਼ੇਰ ਨੂੰ ਉਹ ਕਦੇ ਪਾਣੀ ਲੈਣ ਚਲੇ ਗਏ ਕਹਿੰਦੇ ਆ ਜਦੋਂ ਅੰਦਰ ਵੜ ਕੇ ਮਾਰ ਨੂੰ ਗਾਂ ਹੋਇਆ ਅੱਗੋਂ ਪਹਿਲਾਂ ਦੀ ਮਾਂ ਨੂੰ ਧੱਕਾ ਤਾਂ ਫਿਰ ਭੈਣ ਨੂੰ ਕੁਛ ਛੁਡਾਉਣ ਵਾਸਤੇ ਜਿਹਦੇ ਨੇ ਭੈਣ ਤੋਂ ਕਸੀਆ ਮਾਰ ਇਹ ਰੀਅਲ ਸਿਸਟਰ ਸੀਗੀ ਜੀ ਰੀਅਲ ਸਿਸਟਰ ਇਹ ਕਿੱਥੋਂ ਦੀ ਸੀਗੀ ਤੇ ਕੀ ਨਾਮ ਨੂੰ ਸੀਗੀ ਕਦੋਂ ਦੀ ਆਈ ਹੋਈ ਸੀਗੀ ਘਰ ਇਹਨੂੰ 3-4 ਦਿਨ ਹੋਈ ਨੂੰ ਭੈਣ ਜੀ ਉਹ ਟੀਚਰ ਸੀ ਪ੍ਰਾਈਵੇਟ ਮਾਲੀ ਲੱਗੀ ਸੀ ਜੀ ਇਹ ਮਤਲਬ ਕਿ ਛੁੱਟੀਆਂ ਤੇ ਘਰੇ ਰਹਿਣਾ ਸੀ ਹਾਂ ਛੁੱਟੀਆਂ ਤੇ ਕਿਹੜੇ ਪਿੰਡ ਨੂੰ ਵਾਸਤੇ ਆਏ ਹਾਂਜੀ ਕਿਹੜੇ ਪਿੰਡ ਬਾਮਣੀ ਦਾ ਬਾਮਣੀ ਪਿੰਡ ਤੋਂ ਰਹਿਣ ਵਾਲੇ ਬਾਮਣੀ ਤੋਂ ਅੱਜ ਕੱਲ ਬੱਚੇ ਕਰਕੇ ਮਾਲੀ ਉੱਥੇ ਮਾਲੀ ਉੱਥੇ ਚੰਡੀਗੜ੍ਹ ਦੀ ਕੀ ਨਾਂ ਸੀਗਾ ਲੇਡੀ ਦਾ ਜਿੱਥੇ ਜਿਹਦੀ ਮੌਤ ਹੋਈ ਹੈ ਜੀ ਉਹਨਾਂ ਪ੍ਰਵੀਨ ਰਾਣੀ ਪ੍ਰਵੀਨ ਰਾਣੀ ਸਰ ਐਸਾ ਹਸਨ ਨੂੰ ਜਿਹੜਾ ਅੰਜਾਮ ਦੇਣ ਵਾਲਾ ਵਿਅਕਤੀ ਹੈ ਉਹਦੇ ਵੱਲੋਂ ਕੀ ਨਸ਼ਾ ਪੱਤਾ ਵੀ ਕੀਤਾ ਹੋਇਆ ਸੀ ਉਸ ਸਮੇਂ ਪਤਾ ਨਹੀਂ ਇਸ ਬਾਰੇ ਜੀ ਮੈਨੂੰ ਜਦੋਂ ਫੜਾਂਗੇ ਜਾਂ ਪਤਾ ਲੱਗੂਗਾ ਕੀ ਹੈ ਇਸ ਪੂਰੀ ਵਾਰਦਾਤ ਹੋਈ ਕਿੱਥੇ ਹੈ ਜੀ ਕਿਹੜੇ ਪਿੰਡ ਹੋਈ ਹੈ ਤੇ ਕਿੱਥੇ ਇਹ ਵਾਕਿਆ ਹੋਇਆ ਇਹ ਉਜਾ ਵਾਲੀ ਪਿੰਡ ਦਾ ਵਾਰਦਾਤ ਹੈ ਜੀ ਦੋਸ਼ੀ ਦਾ ਨਾਂ ਹੈ ਬਲਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਜਿਹੜੀ ਇਹਦੀ ਘਰਵਾਲੀ ਆ ਉਹਦਾ ਨਾਂ ਹੈ ਪੂਜਾ ਰਾਣੀ ਪਤਨੀ ਬਲਜਿੰਦਰ ਸਿੰਘ ਤੇ ਜਿਹੜੀ ਮਰਤ ਗਿਆ ਉਹਦਾ ਨਾਂ ਪ੍ਰਵੀਨ ਰਾਣੀ ਪਤਨੀ ਕ੍ਰਿਸ਼ਨ ਸਿੰਘ ਤੇ ਇਹ ਬੱਚਿਆਂ ਦੀ ਅੱਖਾਂ ਦੇ ਸਾਹਮਣੇ ਆਇਆ ਜੀ ਤੁਹਾਡੇ ਸਾਹਮਣੇ ਦੱਸ ਰਿਹਾ ਜੀ ਇਹਨਾਂ ਦੇ ਬਿਆਨ ਆਪਾਂ ਕਲਮਬੰਦ ਕਰਾਂਗੇ ਜੀ ਕਾਰਵਾਈ ਕਰਦੇ ਹਾਂ थोड़ी जी गल करे पठे कुदरना टोका ही लाने पे तेनू ने फोन कर दो बार पटाई का काम करता है उस बार बखे बखाया आया जिन्हों मारिया रिश्ता की रोला किस गल का घर मिलन आई है बच्चा नु लेके चंडीगढ़ ਪਰਵੀਨ ਕੌਰ ਕਦੋਂ ਦਾ ਵਿਵਾਦ ਚੱਲਦਾ ਪਿਆ ਜੀ ਤੁਹਾਡਾ ਤੇ ਵਿਵਾਦ ਅੱਗੇ ਸਾਡਾ ਚੱਲ ਰਿਹਾ ਸਰਪੰਚ ਸਾਹਿਬ ਦੀ ਤਬੀਅਤ ਕੀ ਹੈ ਮੈਨੂੰ ਟੰਬ ਮਾਰਿਆ ਸੀ ਮੈਨੂੰ ਥਾਂ ਦੇ ਦੇ ਵੰਡ ਕੇ ਮੈਨੂੰ ਗਲੀ ਦੇ ਦੇ ਸਾਰਾ ਕੁਝ ਦੇਤਾ ਥਾਂ ਵੰਡ ਕੇ ਦੇਤੀ ਲਿਖ ਪੜ ਕਰਤੀ ਅੱਛਾ ਜੀ ਨਹੀਂ ਅੱਜ ਕੀ ਇਹ ਸਪੈਸ਼ਲ ਬੁਲਾਇਆ ਗਿਆ ਸੀਗਾ ਇਹ ਸਪੈਸ਼ਲ ਅੱਜ ਉਹਨੇ ਘਰੋਂ ਫੋਨ ਕੀਤਾ ਉਹਦੇ ਘਰ ਵਾਲੀ ਪੂਜਾ ਨੇ ਉਹ ਬਾਹਰੋਂ ਫੜਕਿਆ ਹੋਇਆ ਆਇਆ ਅੱਛਾ ਜੀ ਭਰਾ ਨੂੰ ਵੱਢਣ ਵਾਸਤੇ ਭਰਾ ਹੈ ਨਹੀਂ ਸੀ ਤੇ ਕੁੜੀ ਨੂੰ ਕਸੀਆ ਮਾਰਤਾ ਮੌਤ ਦੇ ਘਾਟ ਉਤਾਰ ਦੇ ਇਹ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਤਕਰੀਬਨ 9 ਕੁ ਦੀ ਹੋਵੇਗੀ ਪਿੰਡ ਦੀ ਹੋਏ ਉਹ ਜਾ ਪਿੰਡੇ ਇਹ ਮੈਂ ਕੁੜੀ ਵਿਆਹੀ ਹੋਈ ਸੀ ਕਿੱਥੇ ਵਿਆਹੀ ਹੋਈ ਆ ਦੋ ਬੱਚੇ ਨੇ ਆ ਮੁੰਡਾ ਉਹਦਾ ਇੱਕ ਕਿੰਨੇ ਟਾਈਮ ਬਾਅਦ ਜਿਹੜੀ ਘਰੇ ਆਈ ਸੀਗੀ ਇਹ ਪੇਕੇ ਘਰੇ ਕਦੋਂ ਆਈ ਹੈ ਜੀ ਇਹਨੂੰ ਘੱਟ ਤੋਂ ਘੱਟ 6 ਮਹੀਨੇ ਹੋ ਗਏ
ਨਹੀਂ ਨਹੀਂ ਕੁੜੀ ਨੂੰ ਕਦੋਂ ਕਿ ਕਦੋਂ ਆਈ ਹੈ ਤੁਹਾਡੇ ਘਰ ਇਹ ਦੋ ਤਿੰਨ ਦਿਨ ਪਹਿਲਾਂ ਸਾਡੇ ਕੋਲ ਆਈ ਹੈ ਅਤੇ ਸਰਸੇ ਦੋ ਦਿਨ ਲਾ ਕੇ ਹਨ ਅੱਜ ਹੀ ਸਰਸੇ ਤੋਂ ਆਏ ਅੱਛਾ ਜੀ ਸਰਸੇ ਤੋਂ ਤੁਹਾਡੇ ਕੋਲ ਅੱਜ ਪਹੁੰਚੇ ਨੇ ਅੱਛਾ ਇਹ ਰੋਲਾ ਨਿਬੇੜਨ ਵਾਸਤੇ ਆਏ ਰੋਲਾ ਹੀ ਰੋਲਾ ਵੈਸੇ ਹੀ ਨਿਬੇੜਨ ਆਈ ਹੈ ਘਰੇ ਕੋਲ ਰੋਲਾ ਪੈ ਗਿਆ ਤਾਂ ਬਸ ਕੀ ਕੰਮ ਕਰਦੀ ਸੀ ਕੁੜੀ ਤੇ ਉੱਥੇ ਪ੍ਰਾਈਵੇਟ ਟੀਚਰ ਲੱਗੀ ਸੀ ਕੀ ਨਾਂ ਕੀ ਹੈ ਕੁੜੀ ਦਾ ਕਿੰਨੀ ਉਮਰ ਸੀ ਪ੍ਰਵੀਨ ਕੌਰ ਕਿੰਨੀ ਲਗਭਗ ਹੋਊਗੀ 32 ਕੁ ਸਾਲ ਮੇਰੇ ਕੋਲ ਇਹ ਕਿੱਥੇ ਚੰਡੀਗੜ੍ਹ ਰਹਿੰਦੀ ਕਿੰਨੀ 35 ਹਾਂ ਚੰਡੀਗੜ੍ਹ ਰਹਿੰਦੀ ਤੁਹਾਡਾ ਕੀ ਨਾਂ ਹੈ ਜਰਨੈਲ ਤੁਸੀਂ ਲੜਕੀ ਦੇ ਕੀ ਲੱਗਦੇ ਜੀ ਪਿਤਾ ਜੀ ਜਿਹਦੀ ਕੁੜੀ ਦੀ ਡੈਥ ਹੋਈ ਪਿਤਾ ਜੀ ਹੁਣ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਆ ਹੁਣ ਘਰ ਦਾ ਘਰ ਬੈਠਾ ਉਹ ਪੁੱਤਰ ਇਹ ਧੀ ਹੈ ਸਹੁਰਾ ਪਰਿਵਾਰ ਆਇਆ ਅਸੀਂ ਤਾਂ ਉਹਨੇ ਉਹਨੂੰ ਜੇਲ੍ਹ ਹੋਣੀ ਚਾਹੀਦੀ ਇਹੋ ਜਿਹੇ ਬੰਦੇ ਨੂੰ ਸਾਨੂੰ ਫਿਰ ਖਤਰਾ ਹੈ ਉਹ ਫਿਰ ਸਾਨੂੰ ਵੱਢੇਗਾ ਇਹ ਜਿਹੜਾ ਪੁੱਤਰ ਦੀ ਸਜ਼ਾ ਮੰਗ ਰਹੇ ਪੁੱਤਰ ਦੀ ਸਜ਼ਾ ਪੁੱਤਰ ਸਜ਼ਾ ਹੋਣਾ ਚਾਹੀਦਾ ਕੋਈ ਵੀ ਦੋਸ਼ ਕਰਦਾ ਕੋਈ ਵੀ ਨਜਾਇਜ਼ ਕਰਦਾ ਕੰਮ ਉਹਨੂੰ ਉਹਨੂੰ ਦੀ ਸਜ਼ਾ ਮਿਲਣੀ ਚਾਹੀਦੀ ਹੁਣ ਪੁਲਿਸ ਨੇ ਫੜ ਲਿਆ ਜੀ ਨਹੀਂ ਪੁਲਿਸ ਨੂੰ ਤਾਂ ਇੱਥੇ ਕੁਦਰਤੀ ਆਏ ਖੜੇ ਸੀ ਅਸੀਂ ਰਿਕੁਐਸਟ ਕੀਤੀ ਵੀ ਮਗਰਲੇ ਜੀਆਂ ਨੂੰ ਖਤਰਾ ਹੈ ਕੋਈ ਹੋਰ ਨਾ ਕਾਰਨਾਮਾ ਕਰੇ ਹੋਰ ਕਿਸੇ ਦੇ ਵੀ ਵਾਰ ਕੀਤੇ ਸੀ ਆਪ ਮਾਂ ਨੂੰ ਢਾਈ ਰੱਖਾ ਸੀ ਜਰਨੈਲ ਸਿੰਘ ਸਰਪੰਚ ਨੂੰ ਬੁਲਾ ਕੇ ਫੈਸਲਾ ਕੀਤਾ ਉਹਦੀ ਜਿਹੜੀ ਥਾਂ ਦਾ ਵੰਡ ਸੀ ਅਸੀਂ ਉਹਨੂੰ ਵੰਡ ਦੇਤੀ ਬਾਹਰ ਖੇਤ ਦੀ ਦੇਤੀ ਫਿਰ ਕੀ ਲੜਾਈ ਹੈ ਹੁਣ ਇੱਕ ਟੋਕਾ ਪਿਆ ਸੀ ਸਾਡਾ ਉਹਦੀ ਗਲੀ ਚ ਆਉਂਦਾ ਸੀ ਪੱਟ ਕੇ ਰੱਖਿਆ ਹੋਇਆ ਸੀ ਹੁਣ ਚਰੀ ਅੱਜ ਕੱਲ੍ਹ ਹੱਥਾਂ 'ਤੇ ਨਹੀਂ ਕੁਤਰੀ ਜਾਂਦੀ ਉਹ ਮੋਟਰ ਲੱਗੀ ਹੈ ਉਹ ਮੁੰਡਾ ਲਾਉਂਦਾ ਪਿਆ ਇੱਥੇ ਨਹੀਂ ਲੱਗਣਾ ਚਾਹੀਦਾ।